ਯਾਰ ਦੋਸਤੋ ਸਾਲ ਨਵਾਂ ਚੜ ਪਿਆ ਵਾ ਲੇਕਿਨ ਪਾਕਿਸਤਾਨ ਕ੍ਰਿਕਟ ਟੀਮ ਦੀ ਜਿਹੜੀ ਪਰਫਾਰਮੈਂਸ ਆ ਉਹ ਉਹੀ ਆ ਜੋ ਪਿਛਲੇ ਸਾਲ ਸੀ ਲੇਕਿਨ ਮੈਨੂੰ ਤਾਂ ਲੱਗਦਾ ਵਾ ਕਿ ਪਿਛਲੇ ਸਾਲ ਤੋਂ ਵੀ ਜ਼ਿਆਦਾ ਬੁਰੀ ਪਰਫਾਰਮੈਂਸ ਪਾਕਿਸਤਾਨ ਕ੍ਰਿਕਟ ਟੀਮ ਦੀ ਇਸ ਸਾਲ ਦੇ ਵਿੱਚ ਹੋਇਆ। ਵਰਲਡ ਕੱਪ 2023 ਪਿਛਲੇ ਸਾਲ ਹੋਇਆ ਸੀ। ਉਹਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੀ ਬਹੁਤ ਬੁਰੀ ਪਰਫਾਰਮੈਂਸ ਸੀ। ਲੇਕਿਨ ਖੈਰ 2024 ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੀ ਜਿਹੜੀ ਪਰਫਾਰਮੈਂਸ ਆ ਉਹ ਉਸ ਤੋਂ ਵੀ ਬੱਦਤਰ ਵਾ। ਸਾਲ 2024 ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਦੇ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਸੀ। ਤਿੰਨੋਂ ਮੈਚ ਪਾਕਿਸਤਾਨ ਨੇ ਲਗਾਤਾਰ ਹਾਰੇ ਸੀ। ਉਸ ਤੋਂ ਬਾਅਦ ਜਦ ਪਾਕਿਸਤਾਨ ਕ੍ਰਿਕਟ ਟੀਮ ਨਿਊਜ਼ੀਲੈਂਡ ਗਈ। ਨਿਊਜ਼ੀਲੈਂਡ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ 3 T20 ਮੈਚ ਖੇਲੇ ਆ। ਤਿੰਨੋਂ ਦੇ ਤਿੰਨੋਂ ਹਾਰੇ ਆ। ਲੇਕਿਨ ਦੋਸਤੋ ਇਹਦੇ ਮੁਕਾਬਲੇ 'ਚ ਮੈਂ ਇੰਡੀਆ ਦੀ ਕ੍ਰਿਕਟ ਟੀਮ ਨੂੰ ਦੇਖਦਾ ਆ। ਇੰਡੀਆ ਦੀ ਕ੍ਰਿਕਟ ਟੀਮ ਜਿਹੜੀ ਆ ਜਨੂਬੀ ਅਫਰੀਕਾ ਦੇ ਵਿੱਚ ਟੈਸਟ ਸੀਰੀਜ਼ ਖੇਡਣ ਵਾਸਤੇ ਗਈ ਸੀ। ਉੱਥੇ ਦੋ ਟੈਸਟ ਮੈਚ ਖੇਲੇ ਸੀ ਇੰਡੀਆ ਦੀ ਕ੍ਰਿਕਟ ਟੀਮ ਨੇ। ਇੱਕ ਟੈਸਟ ਮੈਚ ਜਨੂਬੀ ਅਫਰੀਕਾ ਨੇ ਜਿੱਤਿਆ ਤੇ ਇੱਕ ਟੈਸਟ ਮੈਚ ਜਿਹੜਾ ਇੰਡੀਆ ਨੇ ਜਿੱਤਿਆ। ਇੰਡੀਆ ਨੇ ਇਹ ਟੈਸਟ ਸੀਰੀਜ਼ ਨੂੰ ਡਰਾ ਕਰਤਾ। ਲੇਕਿਨ ਉਹਦੇ ਮੁਕਾਬਲੇ 'ਚ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਆ ਕਲੀਨ ਸਵੀਪ ਕਰਕੇ ਆਈ ਆ ਉੱਥੋਂ। ਇਹ ਵੇਖ ਲਓ ਕਿ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਇੱਕ ਮੈਚ ਵੀ ਨਹੀਂ ਜਿੱਤਣ ਦਿੱਤਾ। ਉਸ ਤੋਂ ਬਾਅਦ ਚ ਦੋਸਤੋ ਇੰਡੀਆ ਦੀ ਕ੍ਰਿਕਟ ਟੀਮ ਦਾ ਮੁਕਾਬਲਾ ਅਫਗਾਨਿਸਤਾਨ ਦੇ ਨਾਲ ਹੋਇਆ ਅਫਗਾਨਿਸਤਾਨ ਦੇ ਨਾਲ ਇੰਡੀਆ ਦੀ ਕ੍ਰਿਕਟ ਟੀਮ ਨੇ 3 T20 ਮੈਚ ਖੇਲੇ ਤਿੰਨੋਂ ਦੇ ਤਿੰਨੋਂ T20 ਮੈਚ ਇੰਡੀਆ ਦੀ ਕ੍ਰਿਕਟ ਟੀਮ ਨੇ ਜਿੱਤੇ ਲੇਕਿਨ ਉਹਦੇ ਮੁਕਾਬਲੇ ਜੇ ਪਾਕਿਸਤਾਨ ਦੀ ਗੱਲ ਕਰੀਏ ਤੇ ਪਾਕਿਸਤਾਨ ਕ੍ਰਿਕਟ ਟੀਮ ਨੇ ਹੁਣ ਤੱਕ 3 T20 ਮੈਚ ਨਿਊਜ਼ੀਲੈਂਡ ਦੇ ਖਿਲਾਫ ਖੇਲੇ ਆ ਤਿੰਨੋਂ ਦੇ ਤਿੰਨੋਂ ਮੈਚ ਪਾਕਿਸਤਾਨ ਕ੍ਰਿਕਟ ਟੀਮ ਨੇ ਇਹ ਹਾਰੇ ਆ ਪਾਕਿਸਤਾਨ ਕ੍ਰਿਕਟ ਟੀਮ ਦਾ ਹੁਣ ਨਵਾਂ ਕਪਤਾਨ ਸ਼ਹੀਦ ਸ਼ਾ ਫਰੀਦੀ ਨੂੰ T20 ਦਾ ਬਣਾ ਦਿੱਤਾ ਗਿਆ ਵਾ ਲੇਕਿਨ ਦੋਸਤੋ ਕਪਤਾਨ ਤੇ ਬਦਲਤਾ ਵਾ ਲੇਕਿਨ ਪਾਕਿਸਤਾਨ ਕ੍ਰਿਕਟ ਟੀਮ ਦੀ ਕੋਈ ਤਕਦੀਰ ਨਹੀਂ ਬਦਲੀ ਇੰਡੀਆ ਦੀ ਕ੍ਰਿਕਟ ਟੀਮ ਦੀ ਪਰਫਾਰਮੈਂਸ ਜਿਹੜੀ ਆ 2023 ਦੇ ਵਰਲਡ ਕੱਪ ਵਿੱਚ ਵੀ ਬਹੁਤ ਜ਼ਬਰਦਸਤ ਸੀ ਤੁਹਾਨੂੰ ਵੀ ਪਤਾ ਹੋਣਾ ਵਾ ਲੇਕਿਨ ਉਸ ਤੋਂ ਬਾਅਦ ਚ 2024 ਦੇ ਵਿੱਚ ਵੀ ਇੰਡੀਆ ਦੀ ਕ੍ਰਿਕਟ ਟੀਮ ਦੀ ਪਰਫਾਰਮੈਂਸ ਜਿਹੜੀ ਆ ਉਹ ਬਹੁਤ ਹੀ ਜ਼ਬਰਦਸਤ ਵਾ ਇੰਡੀਆ ਦੀ ਕ੍ਰਿਕਟ ਟੀਮ ਨੇ ਅਫਗਾਨਿਸਤਾਨ ਨੂੰ ਇੱਕ ਵੀ T20 ਮੈਚ ਨਹੀਂ ਜਿੱਤਣ ਦਿੱਤਾ। ਬਲਕਿ ਤਿੰਨ T20 ਮੈਚ ਹੋਏ ਆ, ਤਿੰਨੋਂ ਦੇ ਤਿੰਨੋਂ ਇੰਡੀਆ ਦੀ ਕ੍ਰਿਕਟ ਟੀਮ ਨੇ ਜਿੱਤੇ ਆ। ਦੋਸਤੋ ਖੈਰ ਗੱਲ ਕਰੀਏ ਅਫਗਾਨਿਸਤਾਨ ਕ੍ਰਿਕਟ ਟੀਮ ਦੀ ਵੀ। ਅਫਗਾਨਿਸਤਾਨ ਕ੍ਰਿਕਟ ਟੀਮ ਨੇ ਜਿਹੜਾ ਆਖਰੀ ਤੀਸਰਾ T20 ਮੈਚ ਇੰਡੀਆ ਦੇ ਖਿਲਾਫ ਖੇលਿਆ ਵਾ। ਇੰਡੀਆ ਨੂੰ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਇਹ ਮੈਚ ਬੜੀ ਮੁਸ਼ਕਲ ਦੇ ਨਾਲ ਜਿੱਤਣ ਦਿੱਤਾ ਵਾ। ਦੋਸਤੋ ਤੁਹਾਨੂੰ ਮੈਂ ਦੱਸਾਂ ਕਿ ਇੰਡੀਆ ਦੀ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕੀਤੀ। ਤੇ ਇੰਡੀਆ ਦੀ ਕ੍ਰਿਕਟ ਟੀਮ ਨੇ 211 ਸਕੋਰ ਬਣਾਏ ਸੀ। ਜਵਾਬ ਦੇ ਵਿੱਚ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਵੀ ਇੰਡੀਆ ਦੇ ਮੁਕਾਬਲੇ 'ਚ 211 ਸਕੋਰ ਬਣਾ ਦਿੱਤੇ ਸੀ। ਦੋਸਤੋ ਇਸ ਤਰ੍ਹਾਂ ਇਹ ਮੈਚ ਜਿਹੜਾ ਸੀ ਇਹ ਬਰਾਬਰ ਹੋ ਗਿਆ ਸੀ। ਉਸ ਤੋਂ ਬਾਅਦ 'ਚ ਸੁਪਰ ਓਵਰ ਦਾ ਮੁਕਾਬਲਾ ਹੋਇਆ। ਸੁਪਰ ਓਵਰ ਦੇ ਵਿੱਚ ਇੰਡੀਆ ਦੀ ਕ੍ਰਿਕਟ ਟੀਮ ਨੇ 16 ਸਕੋਰ ਬਣਾਏ। ਜਵਾਬ ਦੇ ਵਿੱਚ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਫੇਰ 16 ਸਕੋਰ ਬਣਾ ਦਿੱਤੇ। ਦੋਸਤੋ ਇਸ ਤਰ੍ਹਾਂ ਇਹ ਸੁਪਰ ਓਵਰ ਫੇਰ ਬਰਾਬਰ ਹੋ ਗਿਆ। ਇਸ ਤੋਂ ਬਾਅਦ ਇੱਕ ਹੋਰ ਸੁਪਰ ਆਵਰ ਕਰਵਾਇਆ ਗਿਆ। ਉਹਦੇ ਵਿੱਚ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਸਿਰਫ ਇੱਕ ਸਕੋਰ ਬਣਾ ਸਕੀ। ਜੇਦੀ ਵਈਆ ਤੋਂ ਦੋਸਤੋ ਇੰਡੀਆ ਦੀ ਕ੍ਰਿਕਟ ਟੀਮ ਜਿਹੜੀ ਆ ਤੀਸਰਾ T20 ਮੈਚ ਜਿੱਤ ਗਈ। ਕਹਿਣ ਦਾ ਮੇਰਾ ਮਤਲਬ ਸਿਰਫ ਇਹ ਆ ਕਿ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਪੂਰੀ ਜਾਨ ਲਾਤੀ ਸੀ ਤੀਸਰਾ T20 ਮੈਚ ਜਿੱਤਣ ਵਾਸਤੇ। ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਬਹੁਤ ਜ਼ਬਰਦਸਤ ਪਰਫਾਰਮੈਂਸ ਦਿੱਤੀ ਸੀ। ਲੇਕਿਨ ਦੋਸਤੋ ਜਿਹੜੀ ਜਿੱਤ ਹਾਰ ਹੁੰਦੀ ਆ ਇਹ ਖੇਲ ਦਾ ਹਿੱਸਾ ਹੁੰਦੀ ਆ। ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦੀ ਕਿਸਮਤ ਦੇ ਵਿੱਚ ਹਾਰ ਸੀ ਇਸ ਵਾਸਤੇ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਇਹ ਤੀਸਰਾ T20 ਮੈਚ ਵੀ ਹਾਰ ਗਈ ਲੇਕਿਨ ਦੋਸਤੋ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਪੂਰੀ ਜਾਨ ਲਾਤੀ ਸੀ ਇਹ ਮੈਚ ਜਿੱਤਣ ਵਾਸਤੇ ਲੇਕਿਨ ਉਹਦੇ ਮੁਕਾਬਲੇ ਜੇ ਪਾਕਿਸਤਾਨ ਕ੍ਰਿਕਟ ਟੀਮ ਦੀ ਗੱਲ ਕਰੀਏ ਤੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਨਿਊਜ਼ੀਲੈਂਡ ਨੇ ਤਿੰਨ ਦੇ ਤਿੰਨ T20 ਮੈਚ ਹਰਾਏ ਆ ਤਿੰਨੋਂ T20 ਮੈਚਾਂ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਕੋਈ ਸਹੀ ਤਰ੍ਹਾਂ ਪਰਫਾਰਮ ਨਹੀਂ ਕਰ ਪਈ ਪਾਕਿਸਤਾਨ ਦਾ ਸਿਵਾਏ ਬੱਲੇਬਾਜ਼ ਬਾਬਰ ਆਜ਼ਮ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਸਹੀ ਤਰ੍ਹਾਂ ਪਰਫਾਰਮ ਨਹੀਂ ਕਰ ਸਕਿਆ ਬਾਬਰ ਆਜ਼ਮ ਨੂੰ ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚੋਂ ਕਪਤਾਨੀ ਤੋਂ ਵੀ ਹਟਾਤਾ ਸੀ ਕਿਹਾ ਸੀ ਕਿ ਬਾਬਰ ਆਜ਼ਮ ਫਾਰਮ ਦੇ ਵਿੱਚ ਨਹੀਂ ਆ ਬਾਬਰ ਆਜ਼ਮ ਦੀ ਪਰਫਾਰਮੈਂਸ ਸਹੀ ਨਹੀਂ ਆ ਲੇਕਿਨ ਦੋਸਤੋ ਬਾਬਰ ਆਜ਼ਮ ਨੇ ਸਾਬਤ ਕੀਤਾ ਵਾ ਕਿ ਬਾਬਰ ਆਜ਼ਮ ਇੱਕ ਜ਼ਬਰਦਸਤ ਖਿਡਾਰੀ ਆ ਕਿਉਂਕਿ ਬਾਬਰ ਆਜ਼ਮ ਨੇ ਨਿਊਜ਼ੀਲੈਂਡ ਦੇ ਖਿਲਾਫ ਤਿੰਨ T20 ਮੈਚ ਜਿਹੜੇ ਹੋਏ ਆ ਤਿੰਨਾਂ T20 ਮੈਚਾਂ ਦੇ ਵਿੱਚ 50ਆਂ ਬਣਾਈਆਂ ਵਾ ਦੋਸਤੋ ਪਾਕਿਸਤਾਨ ਕ੍ਰਿਕਟ ਟੀਮ ਦਾ ਕੋਈ ਵੀ ਬੱਲੇਬਾਜ਼ ਇਸ ਕਾਬਲ ਨਹੀਂ ਹੈ ਜਿਨੇ ਨਿਊਜ਼ੀਲੈਂਡ ਦੇ ਖਿਲਾਫ 3 ਫਿਫਟੀਆਂ ਲਗਾਤਾਰ ਬਣਾਈਆਂ ਹੋਣ ਯਾਰ ਪਾਕਿਸਤਾਨ ਕ੍ਰਿਕਟ ਟੀਮ ਦੇ ਜਿਹੜੇ ਫੈਨਸ ਆ ਉਹ ਪਾਕਿਸਤਾਨ ਕ੍ਰਿਕਟ ਟੀਮ ਦੀ ਬੁਰੀ ਪਰਫਾਰਮੈਂਸ ਤੋਂ ਬਹੁਤ ਜ਼ਿਆਦਾ ਨਾਖੁਸ਼ ਵਾ ਪਾਕਿਸਤਾਨ ਕ੍ਰਿਕਟ ਟੀਮ ਦੇ ਫੈਨਸ ਨੂੰ ਇਹ ਸਮਝ ਨਹੀਂ ਆਉਂਦੀ ਪਈ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਹੁਣ ਤੇ ਕੋਚ ਵੀ ਬਦਲਤਾ ਵਾ ਹੈੱਡ ਕੋਚ ਵੀ ਬਦਲਤਾ ਵਾ ਬੋਲਿੰਗ ਕੋਚ ਵੀ ਬਦਲਤਾ ਵਾ ਕੈਪਟਨ ਵੀ ਬਦਲਤਾ ਵਾ ਹੁਣ ਕਿਹੜੀ ਚੀਜ਼ ਬਦਲਣ ਦੀ ਜ਼ਰੂਰਤ ਵਾ ਇਸ ਸਮੇਂ ਤੋਂ ਬਾਅਦ ਆ ਕੇ ਪਾਕਿਸਤਾਨ ਕ੍ਰਿਕਟ ਟੀਮ ਦੀ ਜਿਹੜੀ ਪਰਫਾਰਮੈਂਸ ਆ ਉਹ ਠੀਕ ਨਹੀਂ ਹੋਂਦੀ ਪਈ। ਦੋਸਤੋ ਪਾਕਿਸਤਾਨ ਕ੍ਰਿਕਟ ਟੀਮ ਦੀ ਪਰਫਾਰਮੈਂਸ ਦੇ ਬਾਰੇ ਤੁਸੀਂ ਕੀ ਕਹਿੰਦੇ ਆ? ਮੈਨੂੰ ਮਜ਼ੀਦ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ।